ਹੈਲੋ ਫਰੈਂਡਸ ਆਪ ਜੀ ਦਾ ਸਾਡੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਲੇਟਸ ਅਪਡੇਟ ਲੈ ਕੇ ਆਏ ਹਾਂ ਜੋ ਕਿ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਪਬਲਿਕ ਨੋਟਿਸ ਹੈ। ਇਹ ਹੈ ਜੀ 3704 ਅਸਾਮੀਆਂ ਵਿਰੁੱਧ ਸਿਲੈਕਟਿਡ ਹੋਏ ਅਧਿਆਪਕਾਂ ਨੂੰ ਸਟੇਸ਼ਨ ਅਲਰਟ ਕਰਨ ਬਾਰੇ। ਸੋ ਇਹਦੇ ਵਿੱਚ ਕੁਝ ਪੁਆਇੰਟਸ ਹੈ। ਸਭ ਤੋਂ ਪਹਿਲਾ ਪੁਆਇੰਟ ਦੱਸਿਆ ਹੋਇਆ ਸਿੱਖਿਆ ਵਿਭਾਗ ਪੰਜਾਬ ਵਿੱਚ ਮਾਸਟਰ ਕੈਡਰ ਦੀਆਂ ਵਕ-ਵਕ ਵਿਸ਼ਿਆਂ ਦੀਆਂ 3704 ਅਸਾਮੀਆਂ ਭਰਨ ਲਈ ਮਿਤੀ ਦੱਸਿਆ ਨੂੰ ਇਸ਼ਤਿਹਾਰ ਦਿੱਤਾ ਗਿਆ ਸੀ। ਉਹੀ ਪੁਰਾਣੀਆਂ ਲਾਈਨਾਂ ਨੇ ਇਸ ਉਪਰੰਤ ਉਮੀਦਵਾਰਾਂ ਦੀ ਸੂਚੀ ਵਕ ਵਕ ਮਿੱਤਿਆਂ ਨੂੰ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਸੀ ਇਹਨਾਂ ਸਿਲੈਕਟ ਹੋਈਆਂ ਉਮੀਦਵਾਰਾਂ ਨੂੰ ਵਕ ਵਕ ਠੀਕ ਹੈ ਜੀ ਮਿੱਤਿਆਂ ਨੂੰ ਨਿਯੁਕਤੀ ਪੱਤਰ ਜਾਰੀ ਠੀਕ ਹੈ ਜੀ ਕੀਤੇ ਗਏ ਸਨ ਥੋੜਾ ਮੈਂ ਜ਼ੂਮ ਇਨ ਕਰ ਦਿੰਦਾ ਹਾਂ ਉਸ ਤੋਂ ਬਾਅਦ ਸੈਕਿੰਡ ਪੁਆਇੰਟ ਦੱਸਿਆ ਹੋਇਆ ਹੈ ਜਿਨ੍ਹਾਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸਨ ਉਹਨਾਂ ਨੂੰ ਹੁਣ ਵਿਭਾਗ ਵੱਲੋਂ ਸਟੇਸ਼ਨ ਅਲਾਟ ਕੀਤੇ ਜਾਣਗੇ ਮੈਡੀਕਲ ਵੈਰ ਆਈ ਥਿੰਕ ਤੁਸੀਂ ਕਰਾਈ ਲਿਆ ਹੋਣਾ ਉਸ ਤੋਂ ਬਾਅਦ ਬਾਕੀ ਜੜੀਆਂ ਟਾੜੀਆਂ ਟ੍ਰੇਨਿੰਗ ਵੈਰ ਆਨਲਾਈਨ ਲੱਗੀਆਂ ਦਿੱਖਿਆ ਤੇ ਉਹ ਵੀ ਤੁਹਾਡੀਆਂ ਹੋ ਗਈ ਹੁਣ ਬਸ ਤੁਹਾਨੂੰ ਸਟੇਸ਼ਨਸ ਮਿਲਣੇ ਆ। ਪਹਿਲੇ ਤਾਂ ਤੁਹਾਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਕਿ ਤੁਹਾਨੂੰ ਸਟੇਸ਼ਨ ਅਲੋਕੇਟ ਜਲਦੀ ਹੋ ਜਾਣੇ। ਤੀਸਰਾ ਪੁਆਇੰਟ ਦੇਖਦੇ ਹਾਂ। ਸਾਰੇ ਨਵ ਨਿਯੁਕਤ ਅਧਿਆਪਕਾਂ ਦੀ ਵਿਸ਼ੇਵਾਰ ਸਟੇਸ਼ਨ ਚੋਣ ਸੂਚੀ ਤਿਆਰ ਕੀਤੀ ਗਈ ਹੈ ਜੋ ਇਸ ਨੋਟਿਸ ਨਾਲ ਨਹੀਂ ਕੀਤੀ ਜਾਂਦੀ ਹੈ। ਸਮੂਹ ਨਵ ਨਿਯੁਕਤ ਅਧਿਆਪਕਾਂ ਨੂੰ ਤਨਾਤੀ ਲਈ ਸਟੇਸ਼ਨ ਦੀ ਚੋਣ ਕਿਸੇ ਇਸ ਚੋਣ ਸੂਚੀ ਵਿੱਚ ਦਰਜ ਕ੍ਰਮ ਅਨੁਸਾਰ ਕਰਵਾਈ ਜਾਵੇਗੀ ਲਿਸਟ ਵੈਬਸਾਈਟ ਤੇ अवेलेबल ਹੈ ਠੀਕ ਹੈ ਦੱਸਿਆ ਹੋਇਆ 4.0 ਜਿਹੜਾ ਪੁਆਇੰਟ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਹਿੰਦੀ ਪੰਜਾਬੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੇ ਨਵ ਨਿਯੁਕਤ ਵਿਦਵਾਨ ਨੂੰ ਹੇਠ ਦਰਸਾਈ ਸ਼ਡਿਊਲ ਅਨੁਸਾਰ ਸਟੇਸ਼ਨ ਅਲਾਟ ਕੀਤੇ ਜਾਣੇ ਹਨ ਇਹ ਸਟੇਸ਼ਨ ਜ਼ੂਮ ਐਪ ਰਾਹੀਂ ਅਲਾਟ ਕੀਤੇ ਜਾਣੇ ਹਨ ਜ਼ੂਮ ਐਪ ਤੁਸੀਂ ਤੁਹਾਨੂੰ ਯੂਜ਼ ਕਰਨੀ ਆਉਂਦੀ ਹੋਣੀ ਮੇਰੇ ਅਕੋਰਡਿੰਗ ਤਾਂ ਬਾਕੀ ਤੁਹਾਨੂੰ ਪਤਾ ਤੁਹਾਡੇ ਆਫੀਸ਼ੀਅਲ ਵਟਸਐਪ ਦੇ ਗਰੁੱਪ ਬਣਾਏ ਗਏ ਬੋਰਡ ਵੱਲੋਂ ਉਹਨਾਂ ਵਿੱਚ ਤੁਹਾਨੂੰ ਸਾਰੀ ਅਪਡੇਟ ਵਾਰ ਆਉਂਦੀ ਹੀ ਰਹਿੰਦੀ ਹੈ ਵਾਗਵਲੋਂ ਸਾਰੇ ਨਿਯਤ ਜਿਹੜੇ ਅਧਿਆਪਕ ਨੇ ਦੇ ਵਿਸ਼ਾ ਵਾਰ WhatsApp ਗਰੁੱਪ ਪਹਿਲਾਂ ਤੋਂ ਹੀ ਬਣਾਏ ਗਏ ਸਨ ਜੋ ਮੈਂ ਤੁਹਾਨੂੰ ਦੱਸਿਆ ਇਹਨਾਂ WhatsApp ਗਰੁੱਪਾਂ ਗਰੁੱਪਾਂ ਰਾਹੀਂ Zoom ਐਪ ਦਾ ਲਿੰਕ ਨਿਸ਼ਚਿਤ ਸਮੇਂ ਤੇ ਭੇਜਿਆ ਜਾਵੇਗਾ ਸੋ ਜਿਹੜੇ ਤੁਹਾਡੇ ਆਫੀਸ਼ੀਅਲ ਗਰੁੱਪਸ ਬਣਾਏ ਆ ਬੋਰਡ ਨੇ ਉਹਦੇ ਵਿੱਚ Zoom ਐਪ ਦੇ ਥਰੂ ਇੱਕ ਲਿੰਕ ਭੇਜਿਆ ਜਾਊਗਾ ਜਦੇ ਵਿੱਚ ਠੀਕ ਹੈ ਜੀ ਮੀਟਿੰਗ ਵਾਰਾ ਤੁਸੀਂ ਜੁਆਇਨ ਕਰਨੀ ਹੈ ਬਾਕੀ ਉਹਦੇ ਵਿੱਚ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇਣਗੇ ਇਹਦੇ ਵਿੱਚ ਤਿੰਨ ਲੜੀਆਂ ਨੰਬਰ ਦਿੱਤੇ ਗਏ ਨੇ ਪਹਿਲੀ ਲੜੀ ਹਿੰਦੀ ਵਾਸਤੇ ਹੈ 17 ਤਰੀਕ ਨੂੰ ਹੈ ਸਵੇਰੇ 11 ਵਜੇ ਸਾਰੇ ਨਿਯੁਕਤ ਅਧਿਆਪਕ ਠੀਕ ਹੈ ਜੀ ਇਹਦੇ ਵਿੱਚ ਜੁਆਇਨ ਕਰੋਗੇ ਬਾਕੀ ਜੋ ਵੀ ਤੁਹਾਡੇ ਆਫੀਸ਼ੀਅਲ ਗਰੁੱਪਸ ਵਿੱਚ ਦੱਸ ਦੇਣਾ 17 ਨੂੰ ਹੀ ਪੰਜਾਬੀ ਹੈ 11 ਵਜੇ ਸਾਰੇ ਨਵ ਨਿਯੁਕਤ ਅਧਿਆਪਕ ਠੀਕ ਹੈ ਜਿਨ੍ਹਾਂ ਨੂੰ ਸਟੇਸ਼ਨ ਅਲੋਟ ਕੀਤੇ ਜਾਣੇ ਸਨ ਐਦੀ ਸਮਾਜਿਕ ਸਿੱਖਿਆ ਲੇਕਿਨ ਸਮਾਜਿਕ ਸਿੱਖਿਆ ਦੀ ਡੇਟ ਹੈ ਜਿਹੜੀ 18 ਅਪ੍ਰੈਲ ਹੈ ਟਾਈਮਿੰਗ ਸੇਮ ਹੈ ਜੀ ਉਸ ਤੋਂ ਬਾਅਦ ਪੰਜਵਾਂ ਪੁਆਇੰਟ ਦੇਖਦੇ ਹਾਂ ਜੀ ਸਿਰਫ ਵਿਸ਼ਾवार ਸਟੇਸ਼ਨ ਚੋਣ ਸੂਚੀ ਅਨੁਸਾਰ ਸਟੇਸ਼ਨ ਅਲੋਟਮੈਂਟ ਕੇਵਲ ਉਪਰੋਕਤ ਵਿਧੀ ਅਨੁਸਾਰ ਆਨਲਾਈਨ ਕੀਤੀ ਜਾਵੇਗੀ ਸਾਰਾ ਪ੍ਰੋਸੈਸਡ ਆਨਲਾਈਨ ਹੋਣਾ ਹੈ ਅਗਰ ਕੋਈ ਨਵ ਨਿਯੁਕਤ ਅਧਿਆਪਕ ਆਪਣੇ ਸਟੇਸ਼ਨ ਅਲਾਟਮੈਂਟ ਲਈ ਉੱਚ ਅਧਿਕਾਰੀਆਂ ਪਾਸ ਕਿਸੇ ਵੀ ਤਰ੍ਹਾਂ ਪਹੁੰਚ ਕਰੇਗਾ ਜਾਂ ਕਿਸੇ ਵੀ ਤਰ੍ਹਾਂ ਦੀ ਸਪਾਰਸ਼ ਕਰੇਗਾ ਤਾਂ ਉਸ ਨੂੰ ਉਸ ਦੀ ਪਸੰਦ ਅਨੁਸਾਰ ਸਟੇਸ਼ਨ ਅਲਾਟ ਨਹੀਂ ਕੀਤਾ ਜਾਵੇਗਾ ਚਲੋ ਇਦਾਂ ਵੈਸੇ ਹੁੰਦਾ ਨਹੀਂ ਜਿੱਦਾਂ ਇਹਨਾਂ ਨੇ ਕਿਹਾ ਸਭ ਕੁਝ ਹੋ ਜਾਂਦਾ ਅੱਜਕੱਲ ਦੇ ਟਾਈਮ 'ਚ ਤੁਹਾਨੂੰ ਵੀ ਪਤਾ ਹੈ ਅਧਿ ਵਿਭਾਗ ਵੱਲੋਂ ਉਸ ਨੂੰ ਆਪਣੇ ਆਪ ਸਟੇਸ਼ਨ ਲਾਟ ਕਰ ਦਿੱਤਾ ਜਾਵੇਗਾ ਇਸ ਸੰਬੰਧੀ ਪਹਿਲਾਂ ਹੀ ਪੰਜਾਬ ਸਰਕਾਰ ਦੇ ਸਰਕਾਰੀ ਕਰਮਚਾਰੀ ਕੰਡਕਟ ਰੂਲਸ 1966 ਵਿੱਚ ਸਪਸ਼ਟ ਤੌਰ ਤੇ ਦਰਜ ਕੀਤਾ ਹੋਇਆ ਹੈ ਲਾਸਟ ਵਿੱਚ ਕਿ ਇਹਨਾਂ ਨੇ ਪੁਆਇੰਟ ਦੱਸਿਆ ਹੈ ਇਸ ਲਈ ਨਵ ਨਿਯੁਕਤ ਅਧਿਕਾਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹਨਾਂ ਵੱਲੋਂ ਸਟੇਸ਼ਨ ਅਲਾਰਟ ਵਿਭਾਗ ਤੇ ਕਿਸੇ ਵੀ ਤਰ੍ਹਾਂ ਦੀ ਬਾਰੀ ਦਬਾਅ ਪਹੁੰਚਾਣ ਤੋਂ ਠੀਕ ਹੈ ਜੀ ਗਰੋਇਜ਼ ਕੀਤਾ ਜਾਵੇ ਆ ਤਰੀ ਕੱਜ਼ਦੀ ਹੈ ਰੀਸੈਂਟਲੀ ਹੀ ਵੈਬਸਾਈਟ ਤੇ ਅਪਡੇਟ ਹੋਇਆ ਹੈ ਠੀਕ ਹੈ ਜੀ ਆਹ ਸਾਈਨ ਹੈ ਜੀ ਡਾਇਰੈਕਟਰ ਸਾਹਿਬ ਦੇ ਤੁਸੀਂ ਦੇਖ ਸਕਦੇ ਹੋ ਸਾਈਕ ਡਾਇਰੈਕਟਰ ਐਸਪੀ 2 ਡਾਇਰੈਕਟਰ ਸਿੱਖਿਆ ਵਿਭਾਗ ਐਸਐਸ ਪੰਜਾਬ ਸੋ ਪਹਿਲੇ ਤਾਂ ਜਿਹੜੇ ਸਾਰੇ ਜਿਨ੍ਹਾਂ ਦੇ ਜੇ ਹਿੰਦੀ ਪੰਜਾਬੀ ਅਤੇ ਸਮਾਜਿਕ ਸਿੱਖਿਆ ਦੇ ਕੈਂਡੀਡੇਟਸ ਨੇ ਨਵੇਂ ਅਧਿਆਪਕਾਂ ਦੀ ਜਿਹੜੀ ਠੀਕ ਹੈ ਸਟੇਸ਼ਨ ਅਲੋਟਮੈਂਟ ਹੋਣੀ ਹੈ ਸਾਰਿਆਂ ਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਠੀਕ ਹੈ ਜੀ ਆਪਣਾ ਕੰਮ ਬੜੇ ਇਮਾਨਦਾਰੀ ਨਾਲ ਕਰਿਓ ਜਿੱਦਾਂ ਸਾਰੇ ਸਰਕਾਰੀ ਦਫ਼ਤਰਾਂ 'ਚ ਕੰਮ ਹੁੰਦਾ ਪਲੀਜ਼ ਮੇਰੇ ਵੱਲੋਂ ਰਿਕੁਐਸਟ ਹੈ ਇਹਦਾ ਨਾ ਕਰਿ ਯੂ ਆਲ ਆਰ ਵੈਰੀ ਯੰਗ ਠੀਕ ਹੈ ਜੀ ਤੁਸੀਂ ਸਾਰੇ ਯੰਗ ਜਨਰੇਸ਼ਨ ਹੈ ਠੀਕ ਹੈ ਜੀ ਇਸ ਚੀਜ਼ ਨੂੰ ਜ਼ਰੂਰ ਆਪਣੇ ਧਿਆਨ ਵਿੱਚ ਰੱਖਿਓ ਬਿਕਾਜ਼ ਯੂ ਆਰ ਵੈਰੀ ਲੱਕੀ ਕਿ ਤੁਹਾਨੂੰ ਗਵਰਨਮੈਂਟ ਜੌਬ ਮਿਲਲੀ ਹੈ ਠੀਕ ਹੈ ਜੀ ਇਸ ਦਾ ਬੈਨੀਫਿਟ ਤੁਸੀਂ ਲੈਣਾ ਹੈ ਬਟ ਇਹ ਹੈ ਕਿ ਆਪਣਾ ਪਿਛੋਕੜ ਨਾ ਭੁੱਲਿਓ ਠੀਕ ਹੈ ਤੁਸੀਂ ਕਿੱਦਾਂ-ਕਿੱਦਾਂ ਜੌਬ ਲਈਏ ਕਿੰਨਾ ਹਾਰਡਵਰਕ ਕੀਤਾ ਹੈ ਬਾਕੀ ਤੁਹਾਨੂੰ ਸਮਝਾਉਣ ਦੀ ਲੋੜ ਨਹੀਂ ਤੁਸੀਂ ਸਾਰੇ ਸਮਝਦਾਰ ਹੋ ਮੈਂ ਜਸਟ ਇੱਕ ਆਪਣੇ ਵੱਲੋਂ ਤੁਹਾਨੂੰ ਕੰਪਲੀਮੈਂਟ ਦੇਣਾ ਸੀ ਸੁਜੈਸ਼ਨ ਦੇਣਾ ਸੀ ਬਾਕੀ ਤੁਸੀਂ ਤਾਂ ਮੇਰੇ ਵੱਲ ਕਾਫੀ ਜ਼ਿਆਦਾ ਸਮਝਦਾਰ ਹੋ ਤਾਂ ਜ਼ਰੂਰ ਜੋ ਮੈਂ ਤੁਹਾਨੂੰ ਗੱਲਾਂ ਦੱਸੀਆਂ ਆਪਣੇ ਧਿਆਨ 'ਚ ਰੱਖਿਓ। ਬਾਕੀ ਜੋ ਫਰਦਰ ਪ੍ਰੋਸੈਸ ਹੈ ਤੁਹਾਡੇ WhatsApp ਗਰੁੱਪਾਂ ਦੇ ਵਿੱਚ ਅਪਡੇਟ ਹੋ ਹੀ ਜਾਣੀ ਹੈ। ਸੋ ਇਦਾਂ ਦੀ ਇਨਫੋਰਮੇਸ਼ਨ ਵਾਸਤੇ ਜ਼ਰੂਰ ਸਾਡੇ ਨਾਲ ਜੁੜੇ ਰਹੋ। ਸਾਡਾ WhatsApp ਪਲੱਸ Telegram ਗਰੁੱਪ ਵੀ ਜੁਆਇਨ ਕਰੋ। ਸਾਨੂੰ ਸੋਸ਼ਲ ਮੀਡੀਆ ਤੇ ਵੀ ਫੋਲੋ ਕਰੋ। ਉਹਦੇ ਵਿੱਚ ਵੀ ਲੇਟੈਸਟ ਜਿਹੜੇ ਅਪਡੇਟਸ ਵੈਰਾ ਹੁੰਦੇ ਆ, ਆਪਾਂ ਉਹਦੀਆਂ ਸਾਫਟ ਕਾਪੀਆਂ ਅਪਲੋਡ ਕਰਦੇ ਰਹਿੰਨੇ ਆ। ਸੋ ਫਰੈਂਡਸ ਵੀਡੀਓ ਅੱਛੀ ਲੱਗੀ ਹੋਈ ਤਾਂ ਜ਼ਰੂਰ ਵੀਡੀਓ ਨੂੰ ਲਾਈਕ ਕਰਨਾ। ਆਪਣੇ ਸਾਰੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਸੋ ਥੈਟ ਉਹਨਾਂ ਨੂੰ ਵੀ ਇਸ ਇਨਫੋਰਮੇ So thank you friends for watching this video and for your valuable time.